ਇਹ ਸੰਗਤ ਵੰਦੇ ਪਏ ਅਸਾਂ ਚੌਕ ਦੇ ਉੱਤੇ ਕੋਈ ਨਵੀਂ ਦੁਕਾਨ ਲੱਗੀ ਏ ਸਖਾਣੀ ਮਿਲਕ ਸ਼ਾਪ ਉੱਥੋਂ ਦਾ ਤੋਂ ਕੋਈ ਵਿਊ ਦਿਖਿਆ ਨਹੀਂ ਪਏ ਸਾਡੇ ਨਾਲ ਹੀ ਸੱਥੇ ਜੁੜੇ ਰਹਿ ਵਜੋ ਅਤੇ ਉਹ ਲੋਕ ਵੀ ਤੁਹਾਨੂੰ ਦਿਖੇ ਨੇ ਇਹ ਪਹੁੰਚ ਗਏ ਹੱਟੀ ਦੇ ਉੱਤੇ ਮਾਰਕਾ ਆਊਜ਼ ਬਿਲਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਦੋਸਤੋ ਮਾਤ ਵਾਲਾ ਦੋਸਤ ਉਸਤਾਦ ਫਾਊਕ ਤੁਸੀਂ ਯੂਟਿਊਬ ਚੈਨਲ ਉਸਤਾਦ ਫਾਊਕ ਦੇ ਨਾਂ ਦਾ ਦੇ ਪਵੇ ਮਰਕਾ ਅੱਜ ਸਾਡੇ ਸ਼ਹਿਰ ਨੂੰ ਕਹਿਣੇ ਦੇ ਵਿੱਚ ਇੱਕ ਨਵੀਂ ਹੱਟੀ ਦਾ ਇਫਤਤਾਹ ਪਿਆ ਥਿੰਦੇ ਕਮਾਲ ਹੈ ਯਾਰ ਇਹਨੇ ਲੋਕ ਸਖਾਣੇ ਬਸਤੀ ਚੋਂ ਆ ਕਰੇ ਸਜਾਦ ਖਾਣ ਇੱਦਾਂ ਜਿਹੜਾ ਸਾ ਕੋਈ ਕਿ ਬਹੁਤ ਵੱਡਾ ਭਲਾ ਫਾਇਦਾ ਪਿਆ ਥਿੰਦੇ ਕਿਉਂਕਿ ਇਹਨੇ ਜਿਹੜੀ ਦੁਕਾਨ ਲੈਂਦੇ ਪਹਿਲਾਂ ਖੀਰ ਦੀ ਦਹੀਂ ਦੀ ਤਕਰੀਬਨ ਤੋਂ ਕੋਈ 24 ਘੰਟੇ ਸਰਵੇ 7 ਵਜੇ ਕਨੇ ਲਾ ਜਿਹੜੇ ਵੇਲੇ ਆਸੋ ਅਮਲਾਈ ਬਿਹਤਰੀਨ ਬਾ ਅਖਲਾਕ ਇਨਸ਼ਾਅੱਲਾ ਬਾਰੀਅਤ ਤਰੀਕੇ ਨਾਲ ਤੋਂ ਮਿਲ ਸੀ ਤੇ ਵਲਾ ਨਹੀਂ ਵੀ 24 ਘੰਟੇ ਸਰਵੇ ਤੋਂ ਦੀ ਸ਼ਾਦੀ ਕਿਤੇ ਤੋਂ ਜ਼ਰੂਰਤ ਥੀ ਸੀ ਜਾਂ ਘਰ ਵਾਸਤੇ ਤਾਂ ਮਿਲਦੇ ਆਏ ਮਾਮੂਲੀਆ ਬਹੁਤ ਵੱਡੀ ਸਹੂਲਤ ਹੋ ਸੀ ਸਹੀ ਅੱਛਾ ਇਹ ਬਹੁਤ ਬੜੀ ਸਹੂਲਤ ਹੋ ਸੀ ਹਰ ਵੇਲੇ ਦੁਕਾਨ ਖੁੱਲੀ ਹੋਈ ਹੋ ਸੀ ਸਹੀ ਉਹਦੇ ਬਾਅਦ ਖੀਰ ਵੀ ਅਸਾਂ ਨੂੰ ਸੀ ਹਰ ਸ਼ੈ ਵੀ ਉਹਦੇ ਬਾਅਦ ਬਿਹਤਰੀਨ ਹੋ ਸੀ ਬਿਲਕੁਲ ਸਹੀ ਹੋ ਸੀ ਸੀ ਬਿਹਤਰੀਨ ਹੋ ਸੀ ਹਰ ਸ਼ੈ ਹਾਂ ਸਜਾ ਖਾ ਗੁੱਥੀਆ ਇਹ ਸਜਾ ਖਾ ਸਭ ਦੇ ਤੋਂ ਸਖੀ ਤੋਂ ਕਨੇ ਤੁਹਾਡਾ ਗੰਢ ਆਏ ਤੇ ਇਹ ਤੁਹਾਨੂੰ ਕਿਵੇਂ ਖਿਆਲ ਹੈ ਤੁਹਾਨੂੰ ਹਾਂ ਸਜਾ ਖਾ ਕਮਾਲ ਹੈ ਖੀਰ 40 ਰੁਪਏ ਪਾ ਡਾਈ ਹੈ 160 ਰੁਪਏ ਕਿਲੋ ਡਾਈ ਦਾ ਦੀ ਸੀ ਸ਼ੈ ਸਾਫ ਸੁਥਰੀ ਹੋ ਸੀ ਰੇਟ ਨਹੀਂ ਸ਼ੈ ਚੰਗੀ ਹੋ ਸੀ ਇਨਸ਼ਾ ਅੱਲਾ ਮਿਆਰੀ ਸ਼ੈ ਹੋ ਸੀ ਤੁਹਾਡੇ ਨਾਲ ਭਾਈ ਵਾਲਾ ਖਾਤਾ ਹੈ ਮੈਂ ਯਾਰੀ ਦੋਸਤ ਹੀ ਜਿਵੇਂ ਤਾਂ ਸਾਡੇ ਦੋਸਤ ਹਨ ਬਿਰਾ ਹੈ ਨਾ ਸਾ ਬਿਰਾ ਮੈਂ ਕੋ ਮਸ਼ਵਰਾ ਦਿੱਤੇ ਸ਼ਾਰਦਾਰ ਹੈ ਵਾਸਤੇ ਠੀਕ ਹੈ ਭਾਈ ਸਾਡਾ ਸ਼ਾਰ ਵਾਲੇ ਸੌ ਗਏ ਜਵੇਦ ਭਾਈ ਹੈ ਠੀਕ ਹੈ ਇਹ ਉਹਨਾਂ ਦੇ ਭਾਈ ਹਨ ਵੱਡੇ ਸਜਾ ਖਾਉਣੀ ਜੀ ਜੀ ਜਵੇਦ ਸਜਾ ਦੇ ਜਵੇਦ ਭਾਈ ਇਹ ਉਹਨਾਂ ਦਾ ਵਧਾ ਤੇਰਾ 24 ਘੰਟੇ ਸਰਵਿਸ ਹੋ ਜੀ 24 ਘੰਟੇ ਸਰਵਿਸ ਹੋ ਜੀ ਇਹ ਸ਼ਾਰਦਾਰ ਮਾਮੂ ਸਾਹਿਬ ਨਾਲ ਨੇ ਗਲਾਉ ਮਾਮੂ ਮਾਮੂ ਨਾਲ ਉਹਨਾਂ ਨੇ ਇਹ ਯਕੇ ਲੋਕ ਆਏ ਖੜਾ ਸਾਂ ਇਫਤਤਾਹ ਪੈ ਕਰਨੇ ਦੁਆ ਵੀ ਮੰਗਦੇ ਅੱਲਾਹ ਤਾਲਾ ਬਰਕਤ ਘਤੇ ਇਨਸ਼ਾ ਅੱਲਾਹ ਇਹ ਸ਼ਾਰ ਦੇ ਲੋਕ ਹੈ ਜਿਨੇ ਲੋਕ ਐਂਟਰੀ ਕੀਤੀ ਹੈ ਇਥੋਂ ਸਾਡੇ ਨਾਲ ਦਾਖਲ ਤਾਨੀ ਦੇ ਵਿੱਚ ਹਿੱਸਾ ਕਿਦੇ ਨੇ ਸਾਡਾ ਹਿੱਸਾ ਬਣਿਆ ਉਹਨਾਂ ਦੀ ਸ਼ਫਕਤ ਹੈ ਜੀ ਜੀ ਇਹ ਮੁਹੱਬਤ ਉਹਨਾਂ ਲੋਕਾਂ ਦਾ ਚੁੱਕੇ ਦੁਆ ਮੰਗਣ ਸਾਡੇ ਕਿਤੇ ਦੁਆ ਬੋਂ ਵਡਾ ਮਾਲੇ ਮੈਂ ਕਿਹਾ ਆਖਾਂ ਤਮਾ ਮੁਰਿਆ ਕੋਈ ਥੋੜਾ ਬੋਂ ਨਹੀਂ ਦੇ ਜੀ ਫੌਕ ਸਾਹਿਬ ਨੇ ਬਾਜੀ ਨੇ ਕੈਮਰ ਦਾ ਦਸੇਨੇ ਪਿਆ ਨਾ ਜੀ ਜੀ ਦੋਸਤੇ ਬਿਰਾਵੇਂ ਦਾ ਇਹ ਮਸ਼ਵਰਾ ਥਾ ਜਵੇਦ ਖਾਨ ਨਾਲ ਭਾਈ ਸਜਾਦ ਹੁਣੀ ਨਾਲ ਸਹੀ ਭਾਈ ਤੁਸੀਂ ਆਈ ਮਿਹਰਬਾਨੀ ਕਰੋ ਸਹੀ ਤੁਸੀਂ ਆਓ ਇਹ ਸ਼ਾਰ ਦੇ ਵਿੱਚ ਟਿਕਾਣਾ ਲਾਓ ਸਹੀ ਉਹਦੇ ਪਰ ਮਖਲੂਕ ਦਾ ਇਹ ਮੁਹੱਬਤਾਂ ਇਹ ਲੋਕੇ ਆਖੇ ਮਜ਼ਾਬ ਦਾ ਜਵੇਦ ਬਿਰਾ ਹੁਣੀ ਸ਼ਫਕਤ ਕੀ ਦੇ ਭਾਈ ਸਜਾਦ ਹੁਣੀ ਸਾਡਾ ਜਿੰਨਾ ਵੀ ਤਾਉਨ ਹੋ ਸੀ ਹਰ ਹਵਾਲੇ ਨਾਲ ਅਸਾਈਨੇ ਦੇ ਨਾਲ ਹੈ ਜ਼ਰੂਰੀ ਹੈ ਸਾਡੇ ਵਾਸਤੇ ਇਹਦੇ ਦੀ ਇੱਜ਼ਤ ਵੀ ਇਹਨੇ ਨਾਲ ਤਾਉਨ ਕਰਨ ਵੀ ਹਰ ਹਵਾਲੇ ਨਾਲ ਅੱਲਾ ਪਾਕ ਹੀ ਬਰਕਤ ਪਾਵੇ ਸਹੀ ਮੌਲਾ ਤੋ ਆਪ ਰੰਗ ਲਾਵੇ ਸਹੀ ਦਾਦਾ ਜ਼ਿਆਦ ਦੁਆ ਮੰਗਵਾਉਂਦੇ ਪਾ ਇਹ ਜ਼ਵਾਰ ਸਾਹਿਬ ਨੇ ਦੁਆ ਪੈ ਮੰਗਨ ਅੱਲਾ ਬਰਕਾ ਜ਼ਵਾਰ ਸਾਹਿਬ ਬਿਸਮਿਲ੍ਲਾ ਸਹੀ ਹਮਾਰੇ।